ਨੌਜਵਾਨੋ 10 ਮੁਹਰਮ ਦੀ ਖੂਨੀ ਸੁਬਹ ਜਦੋਂ ਤਲੂ ਹੋਈ ਨਾ ਕਰਬਲਾ ਦੇ ਮੈਦਾਨ ਵਿੱਚ ਬੇਟੇ ਇਮਾਮ ਨੇ ਫਿਰ ਗਿਣਤੀ ਨਹੀਂ ਕੀਤੀ ਆਪ ਜਿਹੜਾ ਵੀ ਸਾਹਮਣੇ ਆਉਂਦਾ ਉਹਨੂੰ ਇਜਾਜ਼ਤ ਦਿੰਦੇ ਨੇ ਚਲਾ ਜਾ ਤੂੰ ਵੀ ਜਾ ਤੂੰ ਵੀ ਜਾ ਤੂੰ ਵੀ ਜਾ ਜਦੋਂ ਵੀ ਦਿਲ ਕਰੇ ਨਾ ਮੈਂ ਜਾਵਾਂ ਕੋਈ ਨਾ ਕੋਈ ਸਾਹਮਣੇ ਆ ਜਾਂਦਾ ਹਜ਼ੂਰ ਦਸਤਾਰ ਰੱਖੀ ਨਾ ਜਦੋਂ ਨਾਨੇ ਦੀ ਜੁੱਬਾ ਪਹਿਨੇ ਹਜ਼ਰਤ ਅਮੀਰ ਹਮਜ਼ਾ ਦਾ ਕਮਰ ਚ ਪਟਕਾ ਬੰਧਿਆ ਹਜ਼ਰਤ ਇਮਾਮ ਹਸਨ ਦਾ ਹੱਥ ਚ ਤਲਵਾਰ ਪਕੜੀ ਮੌਲਾ ਅਲੀ ਦੀ ਜ਼ੁਲਫਿਕਾਰ ਵੇਖਣ ਵਾਲੇ ਨੂੰ ਇੰਜ ਲੱਗੇ ਜਿਵੇਂ ਸ਼ਬੇ ਅਸਰਾ ਦਾ ਦੂਲਾ ਮਿਹਰਾਜ ਕਰਨ ਚੱਲਿਆ ਹੈ ਉਹ ਮੇਰੇ ਇਮਾਮ ਐਡੇ ਦੂਲਾ ਬਣ ਕੇ ਜਦੋਂ ਟੁਰਨ ਲੱਗੇ ਨਾ ਤੇ ਅਚਾਨਕ ਮੇਰੇ ਕਰੀਮ ਨੇ ਵੇਖਿਆ ਤੇ ਦਰਵਾਜ਼ੇ ਚ ਨਾ 18 ਸਾਲ ਦਾ ਪੁੱਤਰ ਅਕਬਰ ਖੜਕ ਫਰਮਾਦਰੇ ਅਕਬਰ ਬੇਟਾ ਕਿੱਧਰ ਆਇਓ ਅਰਜ਼ ਕੀਤੀ ਬਾਬਾ ਮੈਂ ਅੱਜ 18 ਸਾਲ ਦਾ ਹੋ ਗਿਆ ਫਰਮਾਇਆ ਅੱਲਾ ਤੁਹਾਡੀ ਬੇਟਾ ਲੰਬੀ ਜ਼ਿੰਦਗੀ ਕਰੇ ਜੀ ਬੇਟਾ ਅਰਜ਼ ਕੀਤੀ ਅੱਬੂ ਜੀ ਮੈਂ ਕਦੇ ਕੁਝ ਮੰਗਿਆ ਤੇ ਨਹੀਂ ਸਵੇਰੇ ਕੰਮ ਤੇ ਜਾਂਦੇ ਹੋ ਤੇ ਬੱਚਾ ਆਖੇ ਨਾ ਕਿ ਬਾਬਾ ਸ਼ਾਮ ਕੋ ਮੇਰੇ ਲਈ ਫੁੱਲਾਂ ਚੀਜ਼ ਲਿਖਿਆ ਨਾ ਪਿਓ ਦਾ ਦਿਲ ਕਰਦਾ ਮੈਂ ਖਾਲੀ ਹੱਥ ਨਾ ਜਾਵਾਂ ਪੁੱਤਰ ਨੇ ਮੰਗਿਆ ਕੁਝ ਲੈ ਕੇ ਜਾਵਾਂ ਤੇ ਕਿਸੇ ਦਾ ਪੁੱਤਰ ਕਾਇਨਾਤ ਜਿੱਡਾ ਲਾਡਲਾ ਨਹੀਂ ਹੋ ਜਿੱਡਾ ਹੁਸੈਨ ਦਾ ਪੁੱਤਰ ਲਾਡਲਾ ਸੀ ਸ਼ਾਮ ਨੂੰ ਜਦੋਂ ਬਾਪ ਘਰ ਆਵਣ ਨਾ ਤੇ ਬੱਚੇ ਪਿਓ ਦਾ ਚਿਹਰਾ ਨਹੀਂ ਵੇਖਦੇ ਬੱਚੇ ਬਾਪ ਦਾ ਹੱਥ ਵੇਖਦੇ ਨੇ ਅਬੂ ਕੀ ਲੈ ਕੇ ਆਏ ਨੇ ਮੇਰੇ ਇਮਾਮ ਨੇ ਵੇਖਿਆ ਕਿ 18 ਸਾਲ ਦਾ ਪੁੱਤਰ ਤੇ ਲਾਡਲਾ ਵੀ ਬੜਾ ਤੇ ਪੁੱਛਦਾ ਪਿਆ ਅਬੂ ਜੀ ਮੈਂ ਕਦੇ ਕੁਝ ਮੰਗਿਆ ਤੇ ਨਹੀਂ ਮੇਰੇ ਇਮਾਮ ਨੇ ਤਖੈਲ ਚ ਪਿਛਲੇ 18 ਸਾਲਾਂ ਵਿੱਚ ਛਾਤੀ ਮਾਰੀ ਤੇ ਖਿਆਲ ਆਇਆ ਇਹਨੇ ਤੇ ਵਾਕਈ ਕਦੇ ਕੁਝ ਨਹੀਂ ਮੰਗਿਆ ਏਡਾ ਲਾਡਲਾ ਤੇ ਕਦੇ ਕੁਝ ਮੰਗਿਆ ਵੀ ਨਹੀਂ ਫੜ ਕੇ ਸੀਨੇ ਲਗਾ ਕੇ ਫਰਮਾਨ ਲੱਗੇ ਅਬੂ ਦੀ ਜਾਨ ਕਦੇ ਮੰਗ ਕੇ ਵੇਖ ਤੇ ਸਹੀ ਮੈਂ ਤੇਰੀ ਜ਼ੁਲਫ ਦੇ ਕੁੰਡਲ ਤੋਂ ਕਾਇਨਾਤ ਹੀ ਵਾਰ ਦੇਵਾਂ ਏਡਾ ਸੋਹਣਾ ਅਲੀ ਅਕਬਰ ਜਿਹਨੂੰ ਲੋਕ ਮਦੀਨੇ ਅਲੀ ਅਕਬਰ ਨਹੀਂ ਸਨ ਕਹਿੰਦੇ ਲੋਕ ਸ਼ਬੀਹ ਮੁਸਤਫਾ ਤਸਵੀਰ ਮੁਸਤਫਾ ਕਹਿੰਦੇ ਸਨ ਉਹਦੀ ਸ਼ਕਲ ਮੁਸਤਫਾ ਨਾਲ ਇੰਨੀ ਮਿਲਦੀ ਜੇ ਮੈਂ ਆਪਣੇ ਸਾਈਆਂ ਦੇ ਲਫ਼ਜ਼ਾਂ ਚ ਕਵਾਂ ਤੇ ਉਹਨੂੰ ਵੇਖ ਕੇ ਲੋਕਾਂ ਨੂੰ ਮੁਹੰਮਦ ਦਾ ਚੌਲਾ ਪੈ ਜਾਂਦਾ ਸੀ ਉਹ ਜਦੋਂ ਨਾਨੇ ਵਰਗੀ ਦਸਤਾਰ ਬਣ ਕੇ ਆਪਣੀ ਦਾਦੀ ਫਾਤਿਮਾ ਦੇ ਹੁਜਰੇ ਚੋਂ ਨਿਕਲਦਾ ਸੀ ਨਾ ਤੇ ਵੇਖਣ ਵਾਲੇ ਨੂੰ ਇੰਜ ਲੱਗਦਾ ਸੀ ਜਿਵੇਂ ਮੱਕੇ ਦੀਆਂ ਪਹਾੜੀਆਂ ਚੋਂ ਆਵੇਂ ਦਾ ਚੰਨ ਪਿਆ ਚੜਦਾ ਏ ਉਹ ਸ਼ਹਿਜ਼ਾਦਾ ਅਲੀ ਅਕਬਰ ਕੁਰਾਨ ਦਾ ਐਡਾ ਸੋਹਣਾ ਕਾਰੀ ਉਹ ਕਿਉਂ ਨਾ ਕਾਰੀ ਸੋਹਣਾ ਹੋਵੇ ਕਿਉਂਕਿ ਉਹਨੇ ਉਸ ਅੱਬੂ ਤੋਂ ਕੁਰਾਨ ਪੜ੍ਹਿਆ ਸੀ ਜਿਹੜੇ ਅੱਬੂ ਨੇ ਉਸ ਅੰਮੀ ਤੋਂ ਪੜ੍ਹਿਆ ਸੀ ਜਿਹੜੀ ਅੰਮੀ ਨੇ ਮੁਹੰਮਦ ਤੋਂ ਪੜ੍ਹਿਆ ਸੀ ਉਹ ਕੁਰਾਨ ਦਾ ਐਡਾ ਸੋਹਣਾ ਕਾਰੀ 18 ਸਾਲ ਦਾ ਜਦੋਂ ਦਾਦੀ ਦੇ ਹੁਜਰੇ 'ਚ ਬਹਿ ਕੇ ਕੁਰਾਨ ਦੀ ਤਿਲਾਵਤ ਕਰਦਾ ਮਦੀਨੇ ਦੀਆਂ ਗਲੀਆਂ 'ਚ ਕੁਰਾਨ ਸੁਣਨ ਵਾਲਿਆਂ ਦੇ ਮੇਲੇ ਹੀ ਲੱਗ ਜਾਂਦੇ ਸਨ ਉਹ 18 ਸਾਲ ਦਾ ਨੌਜਵਾਨ ਮੇਰੇ ਇਮਾਮ ਨੇ ਵੇਖ ਕੇ ਫਰਮਾਇਆ ਜੀ ਬੇਟਾ ਕਿੱਧਰ ਆਇਓ ਅਕਬਰ ਅਰਜ਼ ਕੀਤੀ ਅੱਬੂ ਮੈਂ ਕਰਬਲਾ ਜਾਣ ਦੀ ਇਜਾਜ਼ਤ ਲੈਣ ਆਇਆ ਆਪਣੇ ਪੁੱਤਰਾਂ ਨਾਲ ਪਿਆਰ ਕਰਨ ਵਾਲਿਓ ਮੈਂ ਕਰਬਲਾ ਦੀ ਤਾਰੀਖ ਦੀ ਕੁਤਬ ਵਿੱਚ ਪੜ੍ਹਿਆ ਕਰਬਲਾ 'ਚ ਦੋ ਮੌਕੇ ਆਏ ਸ਼ਾਹ ਜੀ ਜਦੋਂ ਮੇਰੇ ਇਮਾਮ ਖਸ਼ ਖਾ ਕੇ ਜ਼ਮੀਨ 'ਤੇ ਡਿੱਗ ਪਏ ਪਹਿਲਾ ਮੌਕਾ ਉਦੋਂ ਆਇਆ ਜਦੋਂ ਹਜ਼ਰਤ ਇਮਾਮ ਹਸਨ ਦੇ ਪੁੱਤਰ ਕਾਸਿਮ ਨੇ ਇਜਾਜ਼ਤ ਮੰਗੀ ਸੀ ਕਿਉਂਕਿ ਉਹਨੂੰ ਵੇਖ ਕੇ ਵੀਰ ਯਾਦ ਆਇਆ ਅਤੇ ਦੂਸਰਾ ਮੌਕਾ ਜਦੋਂ ਅਲੀ ਅਕਬਰ ਨੇ ਇਜਾਜ਼ਤ ਮੰਗੀ ਕਿਉਂਕਿ ਇਹਨੂੰ ਵੇਖ ਕੇ ਨਾਨਾ ਯਾਦ ਆਉਂਦਾ ਸੀ ਮੇਰੇ ਇਮਾਮ ਖਸ਼ ਖਾ ਕੇ ਜ਼ਮੀਨ 'ਤੇ ਡਿੱਗ ਪਏ ਅਲੀ ਅਕਬਰ ਬਾਬਾ ਦੇ ਕਦਮ ਚੁੰਮ ਚੁੰਮ ਕੇ ਜਗਾਇਆ ਉੱਠ ਕੇ ਮੇਰੇ ਇਮਾਮ ਫਰਮਾਨ ਲੱਗੇ ਅਕਬਰ ਪੁੱਤਰਾ ਜਦੋਂ ਪੁੱਤਰ ਜਵਾਨ ਹੋਣ ਨਾ ਤੇਰੇ ਅਜੇ ਪੁੱਤਰ ਨਹੀਂ ਨਾ ਤੈਨੂੰ ਪਤਾ ਨਹੀਂ ਜਦੋਂ ਪੁੱਤਰ ਜਵਾਨ ਹੋਣ ਨਾ ਤੇ ਪਿਓਾਂ ਦੀਆਂ ਸਦਨਾਂ ਜਵਾਨ ਹੋ ਜਾਂਦੀਆਂ ਨੇ ਆਪਨੇ ਫਰਮਾਇਆ ਪੁੱਤਰਾ ਜਦੋਂ ਪੁੱਤਰਾ ਜਵਾਨ ਹੋਣ ਨਾ ਤੇ ਵਡੇਰੇ ਪਿਓ ਜਵਾਨ ਹੋ ਜਾਂਦੇ ਨੇ ਆਪਨੇ ਫਰਮਾ ਲਈ ਅਕਬਰ ਹੁਣ ਜਾਣ ਦੀ ਗੱਲ ਕੀਤੀ ਆਇੰਦਾ ਨਾ ਕਰੀ ਕਿਉਂਕਿ ਤੈਨੂੰ ਨਹੀਂ ਪਤਾ ਵਡੇਰੇ ਪਿਓਾਂ ਦੇ ਜਨਾਜ਼ੇ ਜਵਾਨ ਪੁੱਤਰ ਚੁੱਕਦੇ ਨੇ ਪਰ ਜੇ ਰੱਬ ਨਾ ਕਰੇ ਕਦੇ ਕਿਸੇ ਵਡੇਰੇ ਪਿਓ ਨੂੰ ਜਵਾਨ ਪੁੱਤਰ ਦਾ ਜਨਾਜ਼ਾ ਚੁੱਕਣਾ ਪੈ ਜਾਵੇ ਨਾ ਉਹ ਪਿਓ ਜਿਉਂਦਾ ਹੀ ਮਰ ਜਾਂਦਾ ਹੀ ਫਰਮਾਇਆ ਪੁੱਤਰਾ ਅੱਜ ਕਿਸੇ ਦਾ ਜਵਾਨ ਪੁੱਤਰ ਮਰ ਜਾਏ ਤੇ ਲੋਕ ਕਹਿੰਦੇ ਨੇ ਦੇ ਅੱਬੂ ਨੂੰ ਇਹਦੇ ਜਨਾਜ਼ੇ ਦੇ ਨਾਲ ਨਾ ਆਉਂਦੇ ਅੱਜ ਕਿਤੇ ਪੁੱਤਰ ਨੂੰ ਵੇਖ ਕੇ ਪਿਓ ਦਾ ਕਲੇਜਾ ਨਾ ਫਟ ਜਾਏ ਫਰਮਾਇਆ ਪੁੱਤਰਾ ਤੇਰੀ ਲਾਸ਼ ਡਿੱਗਦੀ ਮੇਰੇ ਕੋਲ ਘੋੜੇ ਤੋਂ ਨਹੀਂ ਉਹ ਵੇਖੀ ਜਾਣੀ ਅਲੀ ਅਕਬਰ ਹੱਥ ਜੋੜ ਕੇ ਅਰਜ਼ ਕੀਤੀ ਬਾਬਾ ਜੇ ਤੁਹਾਡੇ ਕੋਲੋਂ ਮੇਰੀ ਲਾਸ਼ ਡਿੱਗਦੀ ਨਹੀਂ ਨਾ ਵੇਖੀ ਜਾਣੀ ਤੇ ਮੇਰੇ ਕੋਲੋਂ ਵੀ ਆਪਣੇ ਅੱਬੂ ਦੇ ਸਿਰ ਤੋਂ ਨਾਨੇ ਦੀ ਦਸਤਾਰ ਡਿੱਗਦੀ ਨਹੀਂ ਵੇਖੀ ਜਾਣੀ ਅਰਜ਼ ਕੀਤੀ ਅੱਬੂ ਜੀ ਮੈਨੂੰ ਜਾ ਲੈਣ ਦਿਓ ਮੇਰੇ ਇਮਾਮ ਪੁੱਤ ਨੂੰ ਸੀਨੇ ਲਗਾ ਕੇ ਰੋਈ ਜਾ ਰਹੇ ਤੇ ਫਰਮਾਉਂਦੇ ਨੇ ਨਾ ਅਕਬਰ ਇੰਜ ਦੀਆਂ ਗੱਲਾਂ ਨਾ ਕਰ ਅਕਬਰ ਨੇ ਜ਼ਿਆਦਾ ਜ਼ਿੱਦ ਕੀਤੀ ਨਾ ਤੇ ਫਰਮਾਇਆ ਮੈਂ ਕਿਵੇਂ ਜਾਦੋ ਦੇਵਾਂ ਪੁੱਤਰ ਤੇ ਮੇਰਾ ਹੀ ਹੈ ਨਾ ਪਰ ਤੈਨੂੰ ਪਹਿਲੇ ਦਿਨ ਫੁੱਫੋ ਜ਼ੈਨਬ ਨੇ ਪਾਲਿਆ ਜਿਸ ਦਿਨ ਤੋਂ ਪੈਦਾ ਹੋਇਆ ਤਾਂ ਜ਼ੈਨਬ ਮੇਰੇ ਖੈਮੇ 'ਚ ਆਈ ਸੀ ਤੇ
आख्या सी पुत वीरा आ वेख जैनब झोली फैला के आई अपना पुत्र मेरी गोदी च रख दे ते मैं तेनों पहले दिन जैनब दी गोद च रखिया सी जा जड़ी फुफो ने पाले हो इजाजत दे दी ते मैं भी दे देवांगा मेरे इमाम नूं पता सी फुफो दी जान है उन्हें कदों इजाजत देनी है अली अकबर शहजादा टुरे टुरे जो सैयदा जैनब दे खेमे चाहे ना नौजवानों सैयदा जैनब ने दो निकिया निकिया लाशां रखियों ने कदे आन दा मुंह चुमदी है कदे मुहम्मद दा मुंह चुमदी है फरमांदियां वे उठो वे जांदी वारी अम्मा कह जाओ वे जांदी वारी मां दे सीने लग जाओ शहजादा अली अकबर खेमे दे अंदर आए सैयदा जैनब उठ के सीने नाल लाया फरमांदियां वे अकबर किधर आया है अर्द की थी सैयदा आ भी सखियां है पुत्री भी सखियां दी है पुत्री भी सखियां दी है बहन भी सखियां दी है ऐ सखिया मैं तेरे बुए सवाली बन के आया हूँ सैयदा जैनब पढ़ के सीने नाल लाया फरमा दिया वे अकबर पुत्रा वे पुप्पो कलो पानी ना मंगी अज तेरी पुप्पो कल पानी कोई नहीं वे रोटी ना मंगी खाना कोई नहीं वे जान मंगेगा ते देवांगी अकबर ने हाथ जोड़ ले अर्द की दी पुफी अम्मा मैं जान लैन नहीं आया मैं ते जान देन दी इजाजत लैन आया सैयदा जैनब चीख मार के बेहोश होया इमाम हुसैन खेमे दे अंदर आए फरमाते ने अकबर पुत्रा फुफो दे कदमों ते होठ रख दे अकबर ने कदम चुम चुम के फुफो नु जगाया उठ के फरमा दिया अकबर फुफो मर जाएगी वे अकबर पुत्रा जान दिया गल्ला ना करी अकबर हाथ जोड़ के अर्ज की फुफी अम्मा लोगों ने आखना है हुसैन ने अपनी बहनों के पुत्र मरवा दिते अपने वीरां दे पुत्र मरवा दिते लोगों के पुत्र मरवा दिते अपने आदि वारी आई सीने नला ने फरमा दिया वे अकबर पुत्रा जे फुफो तेरिया जुल्फा तू वारी जावे मैं तेनू किवें जान देवा वे मेरे नाने दी तस्वीर तेनू वेखनिया नाना याद आउंदा अकबर खेमे दी नुकर च बह के रोन लग पे फरमा दिया मैं जी क्यों रोना की फुफी अम्मा मदीने कहती से पुत्रा नालू भी प्यारा वा करबला आके मुकर गई है फरमादियां वेज दिया गल्ला ना कर अर्ज की फुफी अम्मा के मैं पुत्रा नालू भी प्यारा वा अपने पुत्रा नु शहीद करा ले आई फुफो मैनू भी जा लैन दे सैयदा जैनब फरमादियां जा वे अकबर मैं तेनू नाने दे हवाले कीता मेरे इमाम पुत्र नु खेमे च लैके आए अपने पुत्र नु करबला दा दूल्हा बनाया अपने पुत्र दे सिर ते दस्तार बनी औलादा वाले और अज सवेरे मावा पुत्र नु तैयार कर दिया ने मावा नु पता होंदा है 2 बजे छुट्टी होनी है मेरे पुत्र ने स्कूल तो आ जाना है फिर भी कहंदियां वे खरी जाओ खरी आओ ते मामा कहंदियां या लत दीवा ना लगे ते मामा कहंदियां वे बड़िया वे निके दा ख्याल रख नहीं ते निके नु कहंदियां बड़े दे नाल रहना ही मामा कहंदियां वे कठे जाया जे कठे ही आया जे ते मामा पला वाले के तोर दिया ने वाह हुसैन तेरे हौसले तू सदके जावा 18 साल दे पुत्र नु मौत लई तैयार कीता पता सी टुर गया ने आना कोई नहीं मेरे इमाम ने फिर भी तैयार कीता फरमाया अकबर पुत्रा जा जांदी वारी अपनी अम्मी नु मिल के आ उम्मे लैला दे खैमे दे अंदर अली अकबर आए आके अम्मी दे सीने नाल लग गए उम्मे लैला फरमा दी अकबर पुत्रा किधर आया है हाथ जोड़ के अर्ज की अम्मी जी बोलिया चलिया माफ करे आजे अम्मा जी मैं करबला चले आवा उस मां दा हौसला वेख ओ जड़िया मामा ने जिंदगी दी किताब बंद कर दी थी ओ पुत्रा नु जिंदगी दी दुआ दे दियां ही नहीं ओ मेला ला फरमान लगिया वे अकबर पुत्रा फिर टुर चले आए ते याद रख
रखी अम्मी दी लाज रख के आवी। अर्ज की अम्मी जी दसो लाजा किवें रखी दिया ने। फरमादिया वे अकबर पुत्रा अली अब्बास ने अज अपनी मायू मुलकनी दी लाज रखी आई। कासिम ने अपनी मायू में फरबा दी लाज रखी आई। और मुहम्मद ने अपनी माँ जैनब दी लाज रखी आई। निके जे असगर ने अपनी माँ रो बाप दी लाज रखी आ। वे पुत्र तू भी अली दे ओ भी अली दे ने। वे अपनी माँ दी लाज रख के आवी। अम्मी लाज किवें रखनी है। फरमा दिया वे पुत्रा अबाद बादू कटे गए ने। उन्हें जादी वारी आए नहीं कीती। वे असगर दे हलक च तीर लगे आ। उन्हें आए नहीं कीती। कासिम दा सीना छलनी हो गया। उन्हें जादी वारी आए नहीं कीती। वे निके निके उन मुहम्मद तड़प गए। उन्हें आए नहीं कीती। वे अकबर माँ दी लाज रखी। जदू तीर वजे आए ना करी। वे अकबर पुत्रा जदू तेरी लाश खैम च आवे एक भी तीर कंड ते ना आवे। वे अम्मा दी लाज रखी सीने ते तीर खाने नी। अर्ज की अम्मा मैं इंज दी लाज रख के आवांगा। कयामत तक मावा तेरे ते नाज करनगियां। पुत्र मेरे ते नाज क्यामत तक मावा तेरी तरबियत ते नाज करन की। पुत्र मेरे ते नाज कर। शाजी मां ने इजाजत दी ना। अली अकबर मेरे इमाम अपने खेमे च लेके आए। करबला दा रावी लिखदा पुत्र नु तैयार करके आ दूल्हा हूरां दा बना के ना। ते आसमान वल वेख के कहन लगे इस बूटे नु मैं 18 साल पानी दित्ता ते नाने तो बारां लगा। अजो सैन दियां कुर्बानियां कबूल करियां मेरे मालका। पुत्र नु घोड़ी ते बिठाया। पुछो चिट्टियां ताड़ियां वाले बुजुर्गों को ए जिहड़ा अगला जमाना सी ना साडे नालों। ते पुत्र जदों दूल्हे बन के घोड़ियां ते बैठदे सन ना ते फुफियां ते खाला ते बहना ते भाबियां शगना दे गाने बणदियां सन। उन्हां मावां ने शहादत दे गाने बने। मेरे इमाम ने 18 साल दे पुत्र नु घोड़ी ते बिठा के थपकी दित्ती। थपकी दे के फरमान लगे अली अकबर पुत्रा जदों मैदाने जिहाद च जाइए ना ते पुत्र वापस नहीं आईदा। या ते जित के आईदा ते या शहीद होके आईदा। ते अज अली दे खून नु लीक ना लावे। अर्ज कीती अबू जी तुसी फिक्र ना करो। अली अकबर नु इंज मेरे इमाम ने पढ़ा पढ़ा के जदों टोरिया ना ते शहजादा जदों अली अकबर शहजादा आया एडा जना अली दा पुत्रा सी के घोड़े ते बैठदा ते पैर जमीन ते लगदे ने। एडा जना ते जवान अली दा लाल। मेरे इमाम अली अकबर जदों खैमे चो बाहर आए ते यजीदियां दे सामने खलोए ना इबने साध वेख के कह लगा तीर मारो। 22,000 दी फौज प्यासियां वास्ते ते तीर कोई ना उठावे। अमर बिन साध बोल के कह लगा तीर मारो। किसे तीर ना चुकिया। तीसरी बारी कह लगा मार दे नहीं। यजीदी फौज सारी बोल के कह लगी ओ जालिमा जरा दो घड़ियां ठहर जा रज के सैयद वेखते लैन दे। एडा सोहना सैयद वेख लैन दे। यजीदी फौजी कहन लगी ओ जालिमा किन्नू मारन वालों क्या कहना है। ओ जिहड़े मुहम्मद दा कलमा पढ़िया उहदी सूरत नजर आ रही आ। ओ वेख शबीह मुस्तफा। ओ वेख तस्वीर मुस्तफा। एडा लखां भी होण ते शेर इको ही बड़ा आउंदा है। ओ मुहम्मद दी कछार दा शेर गरजिया ना। शहजादा अली अकबर ने वेख्या कोई नहीं आउंदा। अली दे लाले आप ही हमला कर दिता। यजीदियां दी गर्दनां उड़दियां नजर आ रही। गाजर मूली फसल वांग कटदे जा रहे। एक बारी अली अकबर तलवार चलांदे ने दर्जना गर्दनां उड़ जांदियां। यजीदियां दी गर्दनां इंज उड़दियां ने जिवें खिज़ां विच दरख्तां दे पत्ते उड़दे ने। मेरे इमाम वेख फरमा रहे वाह अली दिया पुत्रे आओ वाह मेरे आ पुत्रा बड़ा सोहना पिया लड़ना है। अली दे लाउन ने कुश्तां दे पुश्ते मिला दिते। इब्ने साद शिमर नू पुछ दे ए बच्चा कौन है। कहन लगा अली दा पुत्र है एदा नाम भी अली है। इब्ने साद कहन लगा मनना पवेगा शेरां दे पुत्र शेर ही हुंदे। शेर ही हुंदे। शेरां दे पुत्र शेर ही हुंदे। अचानक मेरे इमाम ने वेख्या अली अकबर खैमे वाले आ रहे।
इशारा करके फरमाते ने अकबर वापस चला जाओ पुत्रा हाशमी खून लीक ना लावी। अली अकबर आख्या भी सी वापस ना आवी। इमाम इशारा करके फरमाते ने अकबर वापस चला जाओ पर अली अकबर खेमे वाले दौड़ दे आए आगे अपन जप मारे आओ फरमाया अकबर की लेना है अर्ज की बाबा हुन नहीं लड़िया जांदा अपनी जबान निकाल के अर्ज की बाबा कदे कुट पानी मिल जाए मैं वादा करना यजीद घर कोई नहीं जाना देवांगा अपनी जबान निकाल के फरमाया कबर पुत्रा पानी ते कोई नहीं आ जाए अबू दी जबान चूस ले इस जबान ने मुहम्मद दी जबान दे चूस लेनी। अली अकबर ने जद अबू दी जबान चूसी हौजे कौसर दे लुतफे आ गए दादा दमे हो गए हुसैन दे पुत्र ने इंज दा हमला किया करबला विच धूड़ दा तूफान उठिया कुछ भी नजरी ना दौड़ते जाते ने पिछे तेरा ही शेर लगा इधर यजीदी दौड़ते जाते ना पिछे तेरा शेर जिधर अली अकबर रुख करता यजीदियां दी दौड़ां लग जांदियां ने वाह अली दे पोतरे तुहाडियां अदमतां नूं सलाम हाशमी खून ने जोश मारे ना अज नौजवानों इबने साद कह लगा इहदे करीब कोई ना जावे इहदे असर तक लड़दा रहा ना ते अज यजीदी घर कोई नहीं जावेगा कह लगा दूर हट जाओ सारी यजीदी फौज दूर दूर हट गई कह लगा दूर खलो बाप दा लक टुट जांदा जे जद प्यो ने पुत्र आखे अबू जी मैनू फड़िया जे रावी लिखता जो इमाम के कन्ना च पुत्र की आवाज गई इंज करके मेरे इमाम ने अपनी कमर से हाथ रखा आप की कमर झुक गई नीमा होके परमाद ने अकबर पुत्रा अबू का लक तोड़ दिता परमाद ने अकबर पुत्रा जे जामी ना मैं तेरा बाबा पे आया हूं मेरे इमाम करबला वल दौड़े कदे इधर जाते ने कदे इमाम इधर जा रहे एक यजीदी बाजू पकड़ के कह लगा हुसैन तेरा पुत्र सामने पे तड़पता दाएं बाएं क्यों जाना है परमाद ने जालमो या पुत्र अखा का नूर होंगे पुत्र टुर जाने अखा नबी नहीं हो जाती पुकार के परमाद ने अकबर मैं कुछ नजर नहीं आ रहा एक बारी बाबा कह के पुकार अकबर की आवाज आई बाबा मेरे इमाम आवाज वाल दौड़े जाके अली अकबर का सिर चुके गोदी में रख ले आओ अली अकबर का मत चुमे आओ अर्ज की बाबा तरा मेरे दिल भी चुने दा खिचिया जे मेरे इमाम ने पुत्र दे सीने चुने दा खिचिया खून दा फवारा निकले आओ अली अकबर सीने ते हाथ रख अर्ज की थी बाबा जाके नन नया खागा नाना वेख लाए तेरे दीन सीनिया दे खून देखे आया अकबर ने आखरी हिचकी लई अर्ज की थी बाबा जरा सीने लाया जे मेरे इमाम ने घुट के पुत्र नु जप मारे आओ अकबर इस दर्द नाल रोए मेरे इमाम ने कदे इंज रोंदा नहीं सी वेखे आओ फरमाया अकबर पुत्रा रोना क्यों है जे फुफो नु मिलने खेमे च लै चलाओ जे अम्मी नु मिलने खेमे च लै चलाओ सकीना नु मिलने खेमे च लै चलाओ अर्ज कीती बाबा मैं किसे नु नहीं मिलना फरमाया अकबर रोना क्यों है घुट के जप मार के अर्ज कीती बाबा मैं रोना लोको मेरा अबू कला रह गया जे मेरा अबू कला रह गया जे अकबर ने आखरी हिचकी लई ते जड़े बले रूह ने बर्बाद की थी इमाम आली मुकाम दी
ਕਰਬਲਾ ਚ 56 ਸਾਲ 5 ਮਹੀਨੇ 5 ਦਿਨ ਉਮਰ ਸੀ। ਇੱਕ ਵਾਲ ਵੀ ਜਿਸਮ ਦਾ ਚਿੱਟਾ ਨਹੀਂ, ਪਰ ਜਦੋਂ ਅਕਬਰ ਦੀ ਲਾਸ਼ ਚੁੱਕਣ ਲੱਗੇ ਦੁੱਖ ਨਾਲ ਸਾਰੇ ਵਾਲ ਚਿੱਟੇ ਹੋ ਗਏ। ਸੈਯਦਾ ਜ਼ੈਨਬ ਖੈਮਿਆਂ ਚ ਰੋ ਪਈਆਂ, ਫਰਮਾਦੀਆਂ ਬਾਬੀ ਸ਼ਹਿਰਬਾਨੋ ਵੇਖ ਮੇਰੇ ਵੀਰ ਨੂੰ ਪੁੱਤਰ ਬੁੱਢਾ ਕਰ ਗਏ ਨੀ, ਅੱਜ ਮੇਰਾ ਵੀਰ ਬੁੱਢਾ ਹੋ ਗਿਆ। ਮੇਰੇ ਇਮਾਮ ਪੁੱਤਰ ਦੀ ਲਾਸ਼ ਚੁੱਕੀ, ਹੂਰਾਂ ਦੀਆਂ ਚੀਖਾਂ ਨਿਕਲ ਗਈਆਂ। ਫਰਮਾਦੇ ਨੇ ਹਾਥੀ ਉਠਾ ਕੇ ਕਰੋ ਦੁਆਵਾਂ ਕਿ ਅੱਲਾ ਪਾਕ ਨਿਆਰੇ ਜਵਾਨ ਪੁੱਤਰ ਕਿਸੇ ਦਾ ਲੋਕੋ ਕਿ ਅੱਲਾ ਪਾਕ ਨਾ ਮਾਰੇ। ਮੇਰੇ ਮਾਂ ਪੁੱਤਰ ਦੀ ਲਾਸ਼ ਕਿਵੇਂ ਚੁੱਕੇ ਲੈ ਕੇ ਆਏ? ਇੱਕ ਇਨਸਾਨ ਨਹੀਂ ਸਮਝ ਸਕਦਾ। ਮਾਂ ਮੱਥਾ ਚੁੰਮ ਕੇ ਫਰਮਾਦੀਆਂ, ਲੈ ਵੇ ਪੁੱਤਰਾ ਹਵਾਲੇ ਰੱਬ ਦੇ, ਮੈਂ ਰਾਜ਼ੀ ਤੇਰੇ ਤੇ ਹੋਈ। ਵਿੱਚ ਦਰਬਾਰ ਨਬੀ ਸਰਵਰ ਦੇ ਲਾਜ ਮੇਰੀ ਰੱਖੀ ਹੋਈ। ਸੈਯਦਾ ਜ਼ੈਨਬ ਕਰੀਬ ਆ ਕੇ ਨਾ ਤੇ ਆਵਾਜ਼ ਦੇ ਕੇ ਕਹਿੰਦੀ ਆ, ਅਕਬਰ। ਕੋਈ ਆਵਾਜ਼ ਨਾ ਆਈ ਤੇ ਫਰਮਾਦੀਆਂ, ਪੁੱਤਰ ਅਕਬਰ। ਆਵਾਜ਼ ਨਾ ਆਈ ਤੇ ਮੱਥਾ ਚੁੰਮ ਕੇ ਫਰਮਾਦੀਆਂ, ਵੇ ਅਕਬਰ। ਆਵਾਜ਼ ਨਾ ਆਈ ਤੇ ਰੋ ਕੇ ਫਰਮਾਦੀਆਂ, ਫੁੱਫੋ ਦੀਏ ਜਾਣੇ ਅੱਗੇ ਤੇ ਇੱਕ ਵਾਰ ਬੋਲਾਂਦੀ ਸਾਂ ਤੇ 10 ਵਾਰ ਬੋਲਦਾ ਸਾਂ, ਵੇ ਬੋਲਦਾ ਕਿਉਂ ਨਹੀਂ ਅਕਬਰ ਬੋਲ। ਤੇ ਮੱਥਾ ਚੁੰਮ ਕੇ ਫਰਮਾਨ ਲੱਗੀਆਂ, ਵਫਾਦਾਰ ਭਤੀਜਿਆ ਵੇ ਬੋਲ ਤੇ ਸਹੀ, ਮੈਂ ਚੁੰਮ ਲਵਾਂ ਜ਼ੁਲਫ ਜ਼ੰਜੀਰ ਤੇਰੀ, ਮੈਨੂੰ ਆਪਣੇ ਪੁੱਤਰ ਨਹੀਂ ਯਾਦ ਰਹਿਣੇ। ਅਕਬਰ ਭੁੱਲਣੀ ਨਹੀਂ ਤਸਵੀਰ ਤੇਰੀ। ਹਵਾਏ ਜੇ ਤੇਰਾ ਮਦੀਨੇ ਚੋਂ ਗੁਜ਼ਰ ਹੋਵੇ ਨਾ ਤੇ ਮੇਰੇ ਨਾਨੇ ਦੀ ਕਬਰ ਦਾ ਬੂਸਾ ਲੈ ਕੇ ਆਖੀ, ਸੋਹਣਿਆ ਮਦੀਨੇ ਦੇ ਵਿੱਚ ਹੁਸੈਨ ਨੇ ਕਰਬਲਾ ਚ ਪੈਗਾਮ ਭੇਜੇ ਕਿ ਲਜਪਾਲਾ ਤੂੰ ਮਦੀਨੇ ਚ ਮੇਰੇ ਤੋਂ ਇੱਕ ਪੁੱਤਰ ਕੁਰਬਾਨ ਕੀਤਾ ਸੀ, ਕਰਬਲਾ ਚ ਮੈਂ ਤੇਰੇ ਤੋਂ ਸਾਰੇ ਕੁਰਬਾਨ ਕਰ ਦਿੱਤੇ ਨੇ। ਨਾਨਾ ਵਾਅਦੇ ਪੂਰੇ ਹੋ ਗਏ, ਵਾਅਦੇ ਪੂਰੇ ਹੋ ਗਏ। ਇੱਕ ਦੇਵਨ ਲੱਗਿਆ, ਅੱਖਾਂ ਤੇ ਬੰਨ ਲਈਆਂ ਪੱਟੀਆਂ, ਪਰ ਕਰਬਲਾ ਵਿੱਚ ਯਾਰ ਨੇ ਯਾਰਾਂ ਤੇ ਡੋਰਾਂ ਸੱਟੀਆਂ। ਆਖਿਆ ਜੇ ਜਿਵੇਂ ਰਾਜ਼ੀ ਹੈ ਉਵੇਂ ਹੀ ਰਾਜ਼ੀ ਕਰਾਂਗਾ। ਆਪਣਾ ਸਰ ਮੇਰੇ ਇਮਾਮ ਨੇ ਸਜਦੇ ਚ ਕਟਾਇਆ, ਸਾਰਾ ਜਿਸਮ ਹੁਸੈਨ ਸਖੀ ਦਾ ਤੀਰਾਂ ਨਾਲ ਪਰੋਤਾ, ਫਿਰ ਵੀ ਸੈਯਦ ਰੇਤ ਤੱਤੀ ਤੇ ਨੀਤ ਨਮਾਜ਼ ਖਲੋਤਾ। ਤੇ ਸਜਦੇ ਚ ਜਦੋਂ ਆਖਿਆ ਨਾ ਸੁਬਹਾਨ ਰੱਬੀ ਅਲ ਆਲਾ, ਫਰਿਸ਼ਤਿਆਂ ਰੋ ਕੇ ਅਰਜ਼ ਕੀਤੀ, ਯਾ ਅੱਲਾ ਅਸਾਂ ਐਵੇਂ ਆਖਿਆ ਸੀ ਬੰਦਾ ਨਾ ਬਣਾਵੀਂ, ਅਸਾਂ ਆਖਿਆ ਸੀ ਅਸੀਂ ਥੋੜ੍ਹੀਆਂ ਤਸਬੀਹਾਂ ਪੜ੍ਹਨ ਵਾਲੇ ਬੰਦਾ ਨਾ ਬਣਾਵੀਂ। ਪਰ ਫਰਿਸ਼ਤਿਆਂ ਨੂੰ ਤੇ ਅੱਜ ਪਤਾ ਲੱਗਿਆ ਰੱਬ ਨੂੰ ਤਸਬੀਹਾਂ ਪੜ੍ਹਨ ਵਾਲੇ ਫਰਿਸ਼ਤੇ ਨਹੀਂ ਚਾਹੀਦੇ, ਰੱਬ ਨੂੰ ਤਾਂ ਇੰਜ ਦੇ ਯਾਰ ਚਾਹੀਦੇ ਨੇ ਜਿਹੜੇ ਉਹਦੇ ਨਾਂ ਤੋਂ ਪੁੱਤਰ ਵੀ ਕੁਰਬਾਨ ਕਰੀ ਜਾਂਦੇ ਨੇ ਤੇ ਉਹਨੂੰ ਸਜਦੇ ਵੀ ਕਰੀ ਜਾਂਦੇ ਨੇ। ਰੱਬ ਨੂੰ ਇੰਜ ਦੇ ਯਾਰ ਚਾਹੀਦੇ ਨੇ।